ਅੱਜ ਬਹੁਤ ਹੀ ਸੁਭਾਗਾ ਦੇਣਿਆ ਕੈਬਨਟ ਮੰਤਰੀ ਸਰਦਾਰ ਕੁਲਦੀਪ ਸਿੰਘ ਢੜੀਆਲ ਮੇਰੇ ਗ੍ਰਹਿ ਵਿਖੇ ਆਏ ਨੇ ਮੈਂ ਇਹਨਾਂ ਦੇ ਕੰਮਾਂ ਤੋਂ ਪ੍ਰਵਾਤ ਹੋ ਕੇ ਖੁਸ਼ੀ ਆਪਣੀ ਖੁਸ਼ੀ ਨਾਲ ਕੋਈ ਬੰਦਸ ਨਾਲ ਨਹੀਂ ਆਪਣੀ ਮਰਜ਼ੀ ਨਾਲ ਇਹਨਾਂ ਦਾ ਲੜਫੜਿਆ ਤੇ ਯਕੀਨ ਦਿਵਾਉਣਾ ਵੀ ਤਗੜਾ ਹੋ ਕੇ ਜਿਤਨਾ ਮੈਂ ਅੱਗੇ ਉਹ ਪਾਰਟੀ ਚ ਕੰਮ ਕਰਦਾ ਉਹ ਤੋਂ ਵੱਧ ਚੜ ਕੇ ਕੰਮ ਕਰਕੇ ਆਪਣੇ ਸਾਥੀਆਂ ਨਾਲ ਲਹਿਗੀ ਇਨਾਂ ਦਾ ਮਨੋਬਲ ਆਪਣੇ ਪਿੰਡ ਵਿੱਚ 100% ਵਧਾਉਣ ਦੀ ਕੋਸ਼ਿਸ਼ ਕਰਾਂਗੇ। ਅੱਜ ਆਪਾਂ ਵਿਧਾਨ ਸਭਾ ਹਲਕਾ ਇਮਨਾਲੇ ਦੇ ਬੁੱਕਲ ਦੇ ਵਿੱਚ ਵਸਦਾ ਪਿੰਡ ਜਿਹੜਾ ਗਦਾਲਾ ਇਸ ਪਿੰਡ ਦੇ ਵਿੱਚ ਆਏ ਇਸ ਪਿੰਡ ਦੇ ਸਰਪੰਚ ਸਰਦਾਰ ਜਸਪਾਲ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਲਾਟੀ ਸਰਪੰਚ ਕਹਿੰਦੇ ਉਹ ਪੂਰੀ ਪੰਚਾਇਤ ਦੇ ਨਾਲ ਫੁੱਲ ਫੁੱਲ ਜਿੰਨੀ ਪੂਰੀ ਪੰਚਾਇਤ ਸਾਰੀ ਪੰਚਾਇਤ ਦੇ ਨਾਲ ਸਾਦੇ ਆਪਣੇ ਸਾਥੀਆਂ ਦੇ ਨਾਲ ਅੱਜ ਆਮ ਆਦਮੀ ਪਾਰਟੀ ਚ ਆਂ ਕਾਂਗਰਸ ਪਾਰਟੀ ਦੇ ਬੜੇ ਤਕੜੇ ਲੀਡਰ ਸੀਗੇ ਔਰ ਬੜੇ ਚੰਗੇ ਸਾਡੇ ਅਜਨਾਲੇ ਦੇ ਵਿੱਚ ਜਿਵੇਂ ਕਹਾ ਜਿਹੜੇ ਚੰਗੇ ਇਨਸਾਨ ਹੁੰਦੇ ਆ ਚੰਗੇ ਬੰਦੇ ਜਿਹੜੇ ਨਾਮਾਦ ਬੰਦੇ ਮਾਝੇ 'ਚ ਕਹਿੰਦੇ ਨਾਮਾਦ ਬੰਦੇ ਉਹਨਾਂ 'ਚੋਂ ਇੱਕ ਨੇ ਸਰਪੰਚੋਂ ਨੇ ਉਹ ਇਨੰਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਅੱਜ ਫੈਸਲਾ ਕੀਤਾ ਕਿ ਅਸੀਂ ਸਾਡੇ ਨੇ ਆਪ ਦੇ ਵਿੱਚ ਸ਼ਾਮਲ ਹੋਣਾ ਸੋ ਮੈਂ ਇਹਨਾਂ ਨੂੰ ਸ਼ਾਮਲ ਕਰਨ ਆਇਆ ਸੀਗਾ ਇਹਨਾਂ ਦਾ ਮੈਂ ਧੰਨਵਾਦ ਵੀ ਕੀਤਾ ਜੀ ਆਇਆਂ ਵੀ ਕਿਹਾ ਉਹ ਨਾਲ ਇਹਨਾਂ ਨੂੰ ਵਿਸ਼ਵਾਸ ਵੀ ਦਵਾਇਆ ਕਿ ਪਾਰਟੀ ਦੇ ਅੰਦਰ ਇਹਨਾਂ ਦਾ ਬੜਾ ਦਾ ਮਾਨ ਸਨਮਾਨ ਇਹ ਪਿੰਡ ਦਾ ਵਿਕਾਸ ਜਿਹੜਾ ਹਰ ਪੱਖੋਂ ਜੋ ਵੀ ਸਰਪੰਚ ਸਾਹਿਬ ਕਹਿਣਗੇ ਹਰ ਪੱਖੋਂ ਜਿਹੜਾ ਵਿਕਾਸ ਪਹਿਲ ਦੇ ਰਾਹ ਤੇ ਜਿਹੜਾ ਕਰਾਂਗੇ ਸੋ ਮੈਂ ਸਰਪੰਚ ਸਾਹਿਬ ਨੂੰ ਜੀ ਆਇਆਂ ਕਹਿੰਦਾ ਵੈਲਕਮ ਜਿਹੜਾ ਕਰਤ ਇਹਨਾਂ ਦੇ ਬਾਲ ਮਿਲੇਗਾ ਪਾਰਟੀ ਨੂੰ ਹੋਰਨਾਂ ਲੋਕਾਂ ਨੂੰ ਨਹੀਂ ਨਹੀਂ ਪਾਰਟੀ ਨੂੰ ਬਹੁਤ ਵਧੀਆ ਬਾਲ ਮਿਲਦੇ ਆ ਦੇਖੋ ਅਸੀਂ ਸਾਰੇ ਪੰਜਾਬ ਚ ਮਾਨਸਾਹਬ ਕਹਿੰਦੇ ਆ ਕਿ ਜਿਹੜੇ ਵੀ ਲੋਕ ਕਿ ਪੰਜਾਬ ਦੇ ਤੈਸ਼ੀ ਆ ਜਿਹੜੇ ਲੋਕ ਆਪਣੇ ਪਿੰਡਾਂ ਦੀ ਤੈਸ਼ੀ ਆਪਣੇ ਪਿੰਡਾਂ ਦੀ ਡਿਵੈਲਪਮੈਂਟ ਚਾਹੁੰਦੇ ਆ ਆਪਣੇ ਏਰੀਆ ਦੇ ਤੈਸ਼ੀ ਆ ਅਸੀਂ ਦੀ ਇਹ ਦੇਖਦੇ ਕਿ ਬੰਦਾ ਕਾਂਗਰਸੀ ਆ ਕੱਲੀ ਆ ਕਿੱਥੋਂ ਆ ਇਹ ਦੀ ਗੱਲ ਬੰਦਾ ਚੰਗਾ ਹੋਣਾ ਚਾਹੀਦਾ ਹੱਥ ਚੰਗਾ ਬੰਦਾ ਜਿਹਦੀ ਪੰਜਾਬ ਬੱਕੀ ਸੋਚ ਆ ਉਹ ਸਾਡੀ ਪਾਰਟੀ ਜਾਵੇ ਸਾਡੀ ਪਾਰਟੀਆਂ ਜਾਈ ਨਾਲੇ ਚ ਬਹੁਤ ਜ਼ਿਆਦਾ ਮਜ਼ਬੂਤ ਹੋਈ ਹੈ ਉਹਦੇ ਇਹਨਾਂ ਦੇ ਬੜੇ ਲਿੰਕ ਦੇ ਬੜੇ ਰਿਸ਼ਤੇਦਾਰ ਭੈਣ ਭਰਾ ਦੋਸਤ ਮਿੱਤਰ ਇਸ ਏਰੀਆ ਦੇ ਵਿੱਚ ਇਸ ਕਰਕੇ ਇਹਨਾਂ ਦੇ ਆਉਣ ਨਾਲ ਪਾਰਟੀ ਬਹੁਤ ਮਜ਼ਬੂਤ